بسم اللہ الرحمن الرحیم میرا نام محمد شہزاد ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਡਿਜੀਟਲ ਕਾਉ ਫਾਰਮਿੰਗ ਅੱਜ ਭਰਾਵਾਂ ਨੂੰ ਅਸੀਂ ਦੱਸਣਾ ਹੈ ਕਿ ਜਿਹੜੇ ਦੋਸਤ ਇਸ ਟਾਈਮ ਮੱਕਈ ਦੀ ਬਜਾਈ ਕਰਨਾ ਚਾਹੁੰਦੇ ਆ ਖਾਸ ਕਰ ਸੈਲਜ ਵਾਸਤੇ ਉਹਨਾਂ ਨੂੰ ਮੁਕੰਮਲ تفصیل ਨਾਲ ਦੱਸਣਾ ਹੈ ਕਿ ਇਹਦਾ ਵੱਢ ਤੋਂ ਲਾ ਕੇ ਵਹਾਈ ਬਜਾਈ ਔਰ ਇਹਦਾ ਪਹਿਲੇ ਪਾਣੀ ਤੱਕ ਕੀ ਖਰਚਾ ਹੈ ਜਿਹੜਾ ਅਸੀਂ ਕਰ ਚੁੱਕੇ ਆ ਉਸ ਤੋਂ ਬਾਅਦ ਦੋਸਤਾਂ ਦੇ ਸਵਾਲ ਹੁੰਦੇ ਆ ਕਿ ਇਸ ਟਾਈਮ ਕਿਹੜਾ ਬੀਜ ਤੁਸੀਂ ਲਾ ਰਹੇ ਹੋ ਸੈਲਜ ਵਾਸਤੇ ਕਿਹੜਾ ਬੀਜ ਬਿਹਤਰ ਆ ਉਹਦੀ ਕੀ ਕਿੱਲੇ ਦੀ ਕੀ ਪੈਦਾਵਾਰ ਆ ਪਹਿਲੇ ਨੰਬਰ ਤੇ ਅਸੀਂ ਇਹਨੂੰ ਜ਼ਮੀਨ ਨੂੰ ਤਿਆਰ ਕਰਨ ਵਾਸਤੇ ਅਸੀਂ ਲਾ ਰਹੇ ਆ तकरीबन 20 ਤੋਂ 22 ਕਿੱਲੇ ਮੱਕਈ ਦਾ ਸੈਲਜ ਲਾਵਾਂਗੇ ਸੈਲਜ ਵਾਸਤੇ ਜਿਹੜੀ ਮੱਕਈ ਜਿਹਦੀ ਐਵਰੇਜ 550 ਤੋਂ 600 ਮਾਨ ਹੋਏਗੀ ਇਨਸ਼ਾਅੱਲਾ ਉਹ ਤੁਹਾਡੀ ਤਿਆਰੀ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਕਰਦੇ ਹੋ ਉਸ ਤੋਂ ਬਾਅਦ ਬੀਜ ਜਿਹੜਾ ਹੈ ਉਹਦੇ ਤੇ ਬੜਾ ਮਤਾਸਰ ਆ ਤੁਸੀਂ ਇਹਨੂੰ ਟਾਈਮ ਨਾਲ ਪਹੁੰਚ ਲੈਂਦੇ ਹੋ ਕਾਫੀ ਦੋਸਤਾਂ ਦੇ ਸਵਾਲ ਆ ਕਿ ਅੱਜ ਕੱਲ ਕੀੜੀ ਜਿਹੜੀ ਆ ਬੜਾ ਹਮਲਾ ਕਰਦੀ ਹੈ ਉਸ ਤੋਂ ਬਾਅਦ ਜਿਹੜੇ ਜ਼ਰਾਇਤ ਵਾਲੇ ਨੇ ਉਹ ਕਹਿੰਦੇ ਨੇ ਕਿ ਮਕਈ ਅਜ ਤੋਂ 10-15 ਦਿਨ 20 ਦਿਨ ਬਾਅਦ ਤੁਸੀਂ ਲਾਇਓ ਜਿਹੜੇ ਭਾਈ ਫਾਰਮਿੰਗ ਕਰਦੇ ਨੇ ਜਨਵਾਰਾਂ ਦੀ ਉਹਨਾਂ ਵਾਸਤੇ ਜ਼ਰੂਰੀ ਆ ਕਿ ਸਾਲ ਦੇ ਵਿੱਚ ਇੱਕ ਕਿੱਲੇ ਦੇ ਵਿੱਚੋਂ ਤਿੰਨ ਫਸਲਾਂ ਮਕਈ ਦੀਆਂ ਉਹ ਲੈਣ ਉਹਦੇ ਵਾਸਤੇ ਅਗਰ ਤੁਸੀਂ ਇਹ ਚੀਜ਼ਾਂ ਦੇਖੋਗੇ ਕਿ ਮੌਸਮ ਦਾ ਅਸੀਂ ਅਸਰਾਂਤ ਵੇਖ ਲਈਏ ਜਾਂ ਮੌਸਮ ਥੋੜਾ ਨਾਰਮਲ ਹੋ ਜਾਵੇ ਫਿਰ ਮਕਈ ਬੀਜੀਏ ਫਿਰ ਤੁਸੀਂ ਤਿੰਨ ਫਸਲਾਂ ਨਹੀਂ ਲੈ ਸਕਦੇ ਕਿਉਂਕਿ ਅੱਗੇ ਠੰਡ ਆ ਜਾਏਗੀ ਤੁਸੀਂ ਦੋ ਫਸਲਾਂ ਲੈ ਸਕਦੇ ਹੋ ਤਿੰਨ ਫਸਲਾਂ ਲੈਣ ਵਾਸਤੇ ਜ਼ਰੂਰੀ ਹੈ ਕਿ ਐ ਅੱਜਕੱਲ ਕੋਈ ਮਕਈ ਨਹੀਂ ਬੀਜ ਰਿਆ ਅਸੀਂ ਮਕਈ ਦੀ ਜਿਹੜੀ ਬਜਾਈ ਆ ਉਹ ਸਟਾਰਟ ਕਰਤੀ ਆ ਪਹਿਲੇ ਨੰਬਰ ਤੇ ਗੱਲ ਕਰਦੇ ਆ ਮਕਈ ਜਿਹੜੀ ਮਕਈ ਵਾਸਤੇ ਜ਼ਮੀਨ ਅਸੀਂ ਤਿਆਰ ਕੀਤੀ ਆ ਇੱਕ ਕਿੱਲੇ ਨੂੰ 400ਆਂ ਅਸੀਂ ਲਾਈਆਂ ਏ ਆਪਣਾ ਹੱਲ ਦੀਆਂ ਉਸ ਤੋਂ ਬਾਅਦ ਇੱਕ ਵਾਰੀ ਰੂਟਰ ਮਾਰ ਕੇ ਅਸੀਂ ਖੇੜਾਂ ਕੱਢ ਦਿੱਤੀਆਂ ਸੀਨ ਸੁਭਾਗਾ ਕਰਕੇ ਉਹਦੇ ਉੱਤੇ ਸਾਡਾ ਜਿਹੜਾ ਟਰੈਕਟਰ ਜਾਂ ਹਰ ਇਲਾਕੇ ਦੇ ਵਿੱਚ ਵਹਾਈ ਦਾ ਇੱਕ ਰੇਟ ਅਲੱਗਾ ਏ ਸਾਡੇ ਕੋਲ ਟਰੈਕਟਰ ਸੀ ਆਪਣਾ ਅਸੀਂ 4000 ਰੁਪਏ ਇੱਕ ਕਿੱਲੇ ਦਾ ਅਕਾਊਂਟ ਕੀਤਾ ਹੈ ਤੇਲ ਦਾ ਜਿਹੜਾ ਲੱਗਾ ਹੈ ਟੋਟਲ ਵਹਾਉਣ ਤੋਂ ਲਾ ਕੇ ਇਸ ਟਾਈਮ ਵਟਾਂ ਪਾਉਣ ਤੱਕ ਵਟਾਂ ਜਿਸ ਟਾਈਮ ਆ ਸਾਡੀਆਂ ਪੈ ਗਈਆਂ ਉਸ ਤੋਂ ਬਾਅਦ ਇਹ ਜਿਹੜਾ ਬੀ ਐ ਮੈਕਸਿਮ ਵਾਲਿਆਂ ਦਾ ਮੈਕਸਿਮ ਕੰਪਨੀ ਦਾ 70 ਐਮ 70 ਬੀ ਅਸੀਂ ਲੈ ਕੇ ਇਸਤੇਮਾਲ ਕੀਤਾ ਹੈ ਇਹ ਤੁਸੀਂ ਦੇਖ ਸਕਦੇ ਹੋ ਮੈਕਸਿਮ ਕੰਪਨੀ ਅਚੀ ਕੰਪਨੀ ਹੈ ਇਹਦਾ ਅਸੀਂ 70m 70b ਜਿਹੜਾ ਹੈ ਸੈਲਜ ਵਾਸਤੇ ਜਿਹਦੀ ਪੈਦਾਵਾਰ ਸਾਡੇ ਇਲਾਕੇ ਦੇ ਵਿੱਚ 600 ਤੱਕ ਲੋਕਾਂ ਨੇ ਲੈ ਚੁੱਕੀ ਹੈ ਉਸ ਤੋਂ ਬਾਅਦ ਜਿਹੜੇ ਫਾਰਮਰ ਨੇ ਉਹ ਲਾ ਰਹੇ ਨੇ ਬਲਕਿ ਅੱਜ ਤੋਂ 10 ਦਿਨ ਪਹਿਲਾਂ ਦੀਆਂ ਵੀ ਲਾਈਆਂ ਨੇ ਅਸੀਂ ਥੋੜੇ ਲੇਟ ਸੀ ਤੇ ਇਹ 70m 70b ਲੈ ਕੇ ਜਿਹੜੀ ਮਜ਼ਦੂਰ ਲਵਾਈ ਲੈ ਰਹੇ ਨੇ ਸਾਡੇ ਇਲਾਕੇ ਦੇ ਵਿੱਚ ਇੱਕ ਕਿੱਲੇ ਦੀ 2200 ਰੁਪਏ ਲਵਾਈ ਲੈ ਰਹੇ ਨੇ ਮਜ਼ਦੂਰ ਉਸ ਤੋਂ ਬਾਅਦ ਇਹਦੀਆਂ ਜਿਹੜੀਆਂ ਖੇੜਾਂ ਕੱਡੀਆਂ ਨੇ ਇਹਦਾ ਤਰੀਕਾ ਕਰਿਆ ਆ ਸਭ ਤੋਂ ਜਿਹੜਾ ਜ਼ਰੂਰੀ ਇਹ ਹੈ ਕਿ ਜਿਸ ਟਾਈਮ ਤੁਸੀਂ ਅਗਰ ਹਾਰਵੈਸਟਰ ਮਸ਼ੀਨ ਦੇ ਨਾਲ ਦੀ ਕਤਰਾਈ ਕਰਦੇ ਹੋ ਜਿਸ ਟਾਈਮ ਤੁਸੀਂ ਛੋਟੇ ਰੁੱਖ ਦੀਆਂ ਵੱਟਾਂ ਪਾ ਰਹੇ ਹੋ ਯਾਨੀ ਕਿ ਤੁਹਾਡੇ ਕੋਲ ਦੋ ਕਨਾਲ ਦਾ ਕਿਹਾਰਾ ਹੈ ਜਾਂ ਇੱਕ ਵਿਗੇ ਦਾ ਕਿਹਾਰਾ ਹੈ 110 ਫੁੱਟੋ ਦੀ ਚੜਾਈ ਹੈ ਤੁਸੀਂ ਕੋਸ਼ਿਸ਼ ਇਹ ਕਰੋ ਕਿ ਦੋ ਕਿੱਲੇ ਦੀਆਂ ਵੱਟਾਂ ਬਣਾਓ ਜਾਂ ਇੱਕ ਵਿਗੇ ਦੀਆਂ ਬਣਾਓ ਜਾਂ ਕਿੱਲੇ ਦੀਆਂ ਮਸ਼ੀਨ ਦਾ ਰੋਖ ਇਸ ਤਰ੍ਹਾਂ ਦੇਖੋ ਕਿ ਜਦੋਂ ਹਾਰਵੈਸਟਰ ਮਸ਼ੀਨ ਸਿੱਧੇ ਰੋਕ ਫਿਰਦੀ ਹੈ ਲੰਮੇ ਰੋਖ ਜਾਨੀ ਕਿ ਜਿੰਨਾ ਲੰਮੇ ਰੋਖ ਫਿਰ ਕੇ ਮਸ਼ੀਨ ਢੇੜਾ ਲੈ ਕੇ ਆਏਗੀ ਉਹਨਾਂ ਤੁਹਾਡਾ ਸੈਲ ਜਿਹੜਾ ਜ਼ਾਇਆ ਘਟ ਹੋਏਗਾ ਉਹਦਾ ਤਰੀਕਾ ਕਰਿਆ ਕਿ ਜਿਸ ਟਾਈਮ ਮਸ਼ੀਨ ਛੋਟੇ ਕੱਟ ਦੇ ਅੰਦਰ ਛੋਟੇ 110 ਫੁੱਟ ਲੰਬਾਈ ਦੇ ਅੰਦਰ ਮਸ਼ੀਨ ਬਾਰ-ਬਾਰ ਮੁੜੇਗੀ ਤੁਹਾਡਾ ਥੱਲੋਂ ਟਾਂਡਾ ਜਿਹੜਾ 2-2 3-3 ਫੁੱਟ ਛੱਡਿਆ ਜਾਏਗਾ ਜਦੋਂ 2-2 3-3 ਫੁੱਟ ਟਾਂਡਾ ਛੱਡਿਆ ਜਾਏਗਾ ਉਹਦੇ ਨਾਲ ਤੁਹਾਡੀ ਜਿਹੜੀ ਮੱਕੀ ਆ ਬਹੁਤ ਜ਼ਿਆਦਾ ਖਰਾਬ ਹੋਏਗੀ ਇਸ ਵਾਸਤੇ ਕੋਸ਼ਿਸ਼ ਇਹ ਕਰੋ ਸਾਰੇ ਭਾਈ ਕਿਉਂਕਿ ਪਹਿਲਾ ਪਾਣੀ ਜਿਹੜਾ ਲਾਉਣਾ ਹੈ ਉਹ ਇੱਕ ਵਾਰੀ ਥੋੜਾ ਮੁਸ਼ਕਲ ਹੁੰਦਾ ਹੈ ਉਸ ਤੋਂ ਬਾਅਦ ਅਗਲੇ ਪਾਣੀ ਜਿਹੜੇ ਆ ਉਹ ਆਸਾਨੀ ਨਾਲ ਲੱਗਦੇ ਰਹਿੰਦੇ ਨੇ ਤੇ ਜਿਹੜਾ ਇਲਾਕਿਆਂ ਦੇ ਅੰਦਰ ਲੇਬਰ ਦੀ ਸ਼ਾਰਟਿੰਗ ਅੱਜ ਕਿਹੜੇ ਕਹਿੰਦੇ ਆ ਲੇਬਰ ਨਹੀਂ ਲੱਗਦੀ ਉਹਨਾਂ ਇਲਾਕਿਆਂ ਦੇ ਅੰਦਰ ਕੁਝ ਮਸ਼ੀਨਾਂ ਐਸੀਆਂ ਨੇ ਜਿਹੜੀਆਂ ਤੁਹਾਡੇ ਨਾਕੂ ਵੱਟਾਂ ਹਰ ਚੀਜ਼ ਨਾਲ ਹੀ ਮੁਕਈ ਵੀ ਚੋਕਾ ਕਰ ਦਿੰਦੀਆਂ ਨੇ ਲੇਕਿਨ ਉਹਨਾਂ ਦਾ ਤਰੀਕਾ ਘਾਰੇ ਆ ਕਿ ਜਿਹੜੀ ਤੁਸੀਂ ਸੈਲਜ ਵਾਸਤੇ ਮੁਕਈ ਲੋਣੀ ਆ ਇੱਕ ਗੁੱਥੀ ਇੱਕ ਕਿੱਲੇ ਅੰਦਰ ਲੱਗਦੀ ਆ ਇੱਕ ਗੁੱਥੀ ਦਾ ਰੇਟ ਜਿਹੜੀ ਇੱਕ ਥੈਲੀ ਏ ਉਹਦੇ ਵਿੱਚ 10 ਕਿਲੋ ਬੀ ਹੁੰਦਾ ਏ ਉਹਦਾ ਰੇਟ ਉਸ ਗੁੱਥੀ ਦਾ 4500 ਰੁਪਏ ਆ ਲੇਕਿਨ ਅਗਰ ਤੁਸੀਂ ਮਸ਼ੀਨ ਦੇ ਨਾਲ ਲਵਾਓਗੇ ਮਸ਼ੀਨ 6 ਤੋਂ 8 ਇੰਚ ਦੇ ਅੰਦਰ ਦਾਣਾ ਲਾਉਂਦੀ ਏ ਸੈਲਜ ਵਾਸਤੇ ਜ਼ਰੂਰੀ ਹੈ ਕਿ ਕਮੋ ਪੇਜ ਤੁਸੀਂ 3 ਤੋਂ 4 ਇੰਚ ਦੇ ਦਾਣਾ ਜਿਹੜਾ ਮਕਈ ਦਾ ਉਹ لازمی ਲਾਓ ਅਗਰ ਤੁਹਾਡਾ ਦਾਣਾ ਮਕਈ ਦਾ 3 ਤੋਂ 4 ਇੰਚ ਦੇ ਅੰਦਰ ਅੰਦਰ ਲੱਗਾ ਹੋਏਗਾ ਤੁਹਾਡੀ 1 ਕਿੱਲੇ ਦੇ ਅੰਦਰ ਤਕਰੀਬਨ ਇੱਕ ਗੁੱਥੀ ਔਰ ਉਸ ਤੋਂ ਬਾਅਦ ਤਕਰੀਬਨ 2 ਕਿਲੋ ਬੀਜ ਜਿਹੜਾ ਦੂਸਰੀ ਗੁੱਥੀ ਚੋਂ ਲੱਗੇਗਾ ਯਾਨੀ ਕਿ ਅਗਰ ਤੁਸੀਂ 4 ਏਕੜ ਮਕਈ ਕਾਸ਼ਤ ਕਰਦੇ ਹੋ ਸੈਲਜ ਵਾਸਤੇ ਉਹਨਾਂ ਦੇ ਅੰਦਰ ਤੁਸੀਂ 5 ਗੁੱਥੀਆਂ ਸੈਲੇ ਦੀਆਂ ਲਾਉਂਦੇ ਹੋ ਤੁਹਾਡੇ ਜਿਹੜੀ ਇੱਕ ਏਕੜ ਦੀ ਐਵਰੇਜ ਆ ਪੱਠੇ ਦੀ ਉਹ 600 ਪਲੱਸ ਹੋਏਗੀ ਇਨਸ਼ਾਅੱਲਾ ਉਸ ਤੋਂ ਬਾਅਦ ਇਹਦੀ ਜਿਸ ਟਾਈਮ ਤੁਸੀਂ ਬਜਾਈ ਕਰ ਲੈਂਦੇ ਹੋ ਪਾਣੀ ਲਾਉਣ ਤੋਂ ਪਹਿਲੋਂ-ਪਹਿਲੋਂ ਅਕਸਰ ਜ਼ਿੰਮੇਦਾਰਾਂ ਨੂੰ ਦੋਸਤਾਂ ਨੂੰ ਪਤਾ ਹੈ ਕਿ ਕੁਝ ਲੋਕ ਸੁੱਕੀ ਦੇ ਜ਼ਮੀਨ ਦੇ ਉੱਤੇ ਸਪਰੇਅ ਕਰਦੇ ਨੇ ਜਿਹੜੀ ਘਾਹ ਉੱਗਣ ਤੋਂ ਰੋਕਦੀ ਹੈ ਹਰ ਚੋੜੇ ਪੱਤੇ ਵਾਲੀ ਜਾਂ ਛੋਟਾ ਢੀਲਾ ਮੂਲਾ ਜਿਹੜੇ ਘਾਹ ਹੈ ਉਹ ਉੱਗਣ ਤੋਂ ਰੋਕ ਦਿੰਦੀ ਹੈ ਕੁਝ ਦੋਸਤ ਸੁੱਕੇ ਤੇ ਕਰਦੇ ਨੇ ਕੁਝ ਗਿੱਲੇ ਤੇ ਬਿਹਤਰੀਨ ਇਹ ਆ ਕਿ ਤੁਸੀਂ ਉਹ ਸਪਰੇਅ ਕਰੋ ਜਿਹਦਾ ਰਿਜ਼ਲਟ ਅੱਛਾ ਹੈ ਸੁੱਕੇ ਦੇ ਉੱਤੇ ਸਪਰੇਅ ਕਰਕੇ ਉਸ ਤੋਂ ਬਾਅਦ ਤੁਸੀਂ ਨਾਲ-ਨਾਲ ਇਹਨਾਂ ਨੂੰ ਪਾਣੀ ਦਿੰਦੇ ਜਾਓ ਅਗਰ ਤੁਸੀਂ ਇਸ ਤਰ੍ਹਾਂ ਕਰੋਗੇ ਇਹ ਜਿਹੜਾ ਪਾਣੀ ਆ ਇਹ ਜਿਸ ਟਾਈਮ ਲੱਗ ਜਾਏਗਾ ਰੇਂਜ ਵੱਟਾਂ ਦੇ ਸਿਰ ਤਾਈਂ ਪਹੁੰਚ ਜਾਏਗੀ ਤੇ ਤੁਹਾਡੀ ਮੱਕੀ ਦਾ ਜਿਹੜਾ ਬਿਹਤਰੀਨ ਉਗਾਹ ਹੋਏਗਾ ਉਸ ਤੋਂ ਬਾਅਦ ਕੋਸ਼ਿਸ਼ ਕਰੋ ਕਿ ਬੀਜ ਜਿਹੜਾ ਚੜ੍ਹਦੇ ਪਾਸੇ ਲਵਾਓ ਕੁਝ ਲੋਕ ਇਸ ਤਰ੍ਹਾਂ ਕਰਦੇ ਆ ਕਿ ਮਕਈ ਜਿਸ ਟਾਈਮ ਬੀਜਦੇ ਆ ਇਹ ਗਲਤੀ ਕਰ ਲੈਂਦੇ ਨੇ ਕਿ ਲੈਂਦੇ ਵਾਲੀ ਸਾਈਡ ਤੇ ਜਿਸ ਟਾਈਮ ਲੈਂਦੇ ਵਾਲੀ ਸਾਈਡ ਤੇ ਤੁਸੀਂ ਪਾਉਂਦੇ ਹੋ ਬੀਜ ਨੂੰ ਪੂਰੀ ਧੁੱਪ ਨਹੀਂ ਮਿਲਦੀ ਕਿਉਂਕਿ ਅੱਜ ਕੱਲ ਤਾਂ ਅਕਸਰ ਬੀਜ ਜਿਹੜਾ ਉੱਗੀ ਜਾਂਦਾ ਜੇ ਸਾਈਡ ਤੇ ਵੀ ਹੋਵੇ ਲੇਕਿਨ ਜਦੋਂ ਨਾਰਮਲ ਮੌਸਮ ਦੇ ਵਿੱਚ ਬੀਜੋਗੇ ਇਹ ਜਿਹੜੀਆਂ ਛੋਟੀਆਂ-ਛੋਟੀਆਂ ਗਲਤੀਆਂ ਨੇ ਇਹਨਾਂ ਦੀ ਵਜ੍ਹਾ ਤੋਂ ਤੁਹਾਡੀ ਪੈਦਾਵਾਰ ਘਟ ਜਾਂਦੀ ਹੈ ਇਨਸ਼ਾਅੱਲਾ ਉਮੀਦ ਕਰਦਾ ਕਿ ਭਰਾਵਾਂ ਨੂੰ ਇਹ ਵੀਡੀਓ ਇੱਕ ਮੱਕਈ ਦੇ ਬਾਰੇ ਜਿਹੜੀ ਅਸੀਂ ਮਾਲੂਮਾਤ ਦਿੱਤੀ ਐਂ ਅੱਛੀ ਲੱਗੀ ਹੋਏਗੀ ਇਨਸ਼ਾਅੱਲਾ ਤਾਲਾ ਮਿਲਾਂਗੇ ਸਾਰਿਆਂ ਦੋਸਤਾਂ ਨੂੰ ਅਗਲੀ ਵੀਡੀਓ ਦੇ ਵਿੱਚ ਆ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਜਿਹੜੇ ਦੋਸਤਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੈਣ ਇਨਸ਼ਾਅੱਲਾ ਅਗਲੀ ਵੀਡੀਓ ਦੇ ਅੰਦਰ